ਮਿੰਟ ਲਈ ਹੁਣ ਲਮਕੇਗਾ ਤੇ $50 ਮਿਲਦੇ ਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਜੀ। ਤੇ ਭਈਆ ਹਮ ਜਾ ਰਹੇ ਹਾਂ ਥੋੜਾ ਸਾ ਆਪਣਾ ਸਮਾਨ ਲੈਣੇ। ਸਮਾਨ ਹਮਾਰਾ ਡਿਲੀਵਰ ਹੋ ਗਿਆ ਜੋ ਮੇਰੇ ਪੁਰਾਣੇ ਐਡਰੈਸ ਪੇ ਡਿਲੀਵਰ ਹੋਤਾ ਹੈ ਸਭ ਕੁਛ, ਕਿਉਂਕਿ ਵੋ ਮਹਿੰਗੀ ਚੀਜ਼ ਹੋਤੀ ਤੋ ਮੈਂ ਇਧਰ ਡਿਲੀਵਰ ਨਹੀਂ ਕਰਵਾਤਾ। ਤੋ ਅਭੀ ਵਹੀ ਲੈਣੇ ਜਾ ਰਹੇ ਹਾਂ ਇੱਕ ਪ੍ਰੋਜੈਕਟਰ। ਤੋ ਪ੍ਰੋਜੈਕਟਰ ਹਮਨੇ ਮੰਗਵਾਇਆ ਨਹੀਂ, ਹਮੇ ਕੰਪਨੀ ਨੇ ਭੇਜਾ, ਵੋ ਰਿਵਿਊ ਕਰਨਾ ਹੈ। ਤੋ ਹਮੇ ਉਸਕੇ ਪੈਸੇ ਮਿਲੇਂਗੇ, ਬਸ ਇਤਨੀ ਸੀ ਬਾਤ। ਹਾਂਜੀ, ਤੋ ਭਈਆ ਪ੍ਰੋਜੈਕਟਰ ਆ ਗਿਆ। ਪ੍ਰੋਜੈਕਟਰ ਕਾ ਮੈਨੇ ਆਪਕੋ ਸੀਨ ਬਤਾਇਆ, ਵੋ ਕੰਪਨੀ ਨੇ ਭੇਜਾ, ਉਸਕਾ ਡਿਸਕ੍ਰਿਪਸ਼ਨ ਮੇਂ ਲਿੰਕ ਮਿਲ ਜਾਏਗਾ। ਤੋ ਪਹਿਲੇ ਉਸਕੋ ਅਨਬਾਕਸ ਕਰ ਲੇਤੇ ਕਿਆ ਸੀਨ ਹੈ, ਨਿਕਲਤਾ ਕੈਸਾ, ਫਿਰ ਚਲਾ ਕੇ ਵੀ ਆਪਕੋ ਦਿਖਾ ਦਿਆ ਜਾਏਗਾ ਕਿ ਸਹੀ ਹੈ ਕਿ ਨਹੀਂ ਸਹੀ ਹੈ। ਮੇਰਾ ਸਰਦਾ ਨਹੀਂ ਆ, ਮੈਂ ਕਿਹਾ ਤੁਸੀਂ ਰੁਲ ਜਾਓਗੇ ਇਸ ਤਰ੍ਹਾਂ, ਮੈਨੂੰ ਪਤਾ ਨਹੀਂ ਮੇਰੇ ਜਵਾਕ ਉਹ ਨਿਆਣੇ ਕੱਲੇ ਛੋਟੇ ਕੀ ਕੀ ਦਰਖਤ ਜਾ ਕੇ। ਤੋ ਇਸਕੇ ਇਧਰ ਸਪੈਸੀਫਿਕੇਸ਼ਨਸ ਵਗੈਰਾ ਕੁਛ ਲਿਖੀ ਗਈ ਹੈ, ਜੋ ਲਾਈਟ ਐਲ ਈ ਡੀ ਮੈਨੂਅਲ ਆਪਰੇਸ਼ਨ ਪਤਾ ਨਹੀਂ ਕਿਆ ਕੁਛ ਹੈ। ਸੂਟ ਕੇਸ ਵਰਗਾ ਨਹੀਂ ਲੱਗਦਾ, ਬੇਬੀ ਬੱਲੇ ਪ੍ਰੋਜੈਕਟਰ ਭਾਵੇਂ ਆਪਣੇ ਕੰਮ ਨਹੀਂ ਆਉਣਾ, ਪਰ ਇਹ ਕੰਮ ਆ ਜਾਣਾ ਆਪਣੇ ਨਾ ਸਿਰਾ। ਆਪਾਂ ਐਵੇਂ ਗੋਪਰੋ ਬੁੱਕ ਕੀਤਾ ਬੈਗ ਵਾਲਾ। ਓਕੇ, ਤੋ ਭਈਆ ਬੜਾ ਇੱਜ਼ਤ ਸੇ ਪੈਕ ਹੋ ਕੇ ਆਇਆ ਜੇ ਪ੍ਰੋਜੈਕਟਰ, ਸੇਫਟੀ ਸੇ ਬੜਾ ਹੋਈ, ਬਾਕੀ ਬੜੀ ਸੇਫਟੀ ਨਾਲ ਆਇਆ ਹੋਇਆ। ਕੱਪੜੇ ਕੁਪੜੇ ਉਤਾਰ ਦੀਏ ਇਸਕੇ, ਠੀਕ ਹੈ। ਯੇ ਇਸਕਾ ਕੁਛ ਲਿਖਾ, ਸਕੈਨ ਵੀ ਫਸਟ ਸਟੈਪ ਹੈ, ਪਲੀਜ਼ ਵੈਰੀਫਾਈ ਕਾਪੀ ਰਾਈਟ ਔਰ ਯੇ ਵੈਬਸਾਈਟ ਪੇ ਜਾ ਕੇ ਵੈਰੀਫਾਈ ਕਰ ਲਓ ਆਪਣਾ, ਫਿਰ ਇਹ ਤੁਹਾਰਾ ਚੱਲ ਜਾਏਗਾ। ਤੋ ਅਭੀ ਇਸਕੋ ਚਲਾ ਕੇ ਵੀ ਦਿਖਾਤੇ ਹੈਂ ਆਪਕੋ, ਠੀਕ ਹੈ। ਤੋ ਇਧਰ ਇੱਕ ਬਾਕਸ ਹੈ, ਇਸਮੇ ਸਭ ਕੇਬਲਸ ਵਗੈਰਾ ਦੀਏ ਹੈ, ਰਿਮੋਟ ਵੀ ਹੈ, ਸਭ ਕੁਛ ਇਸਮੇ। ਤੋ ਚਲਾ ਲਿਆ ਜਾਏ, ਉਹ ਦੇਖ ਸਕਤੇ ਹੋ ਪੜਦਾ ਚਾਲੂ ਹੈ। ਤੋ ਪੜਦੇ ਕਾ ਸੀਨ ਇਹ ਕਿ ਸਟੇਟ ਫਾਰਵਰਡ ਇਸਕਾ ਸਿਸਟਮ ਹੈ, ਜੋ ਕੁਛ ਵੀ ਲਗਾ ਰੱਖਾ ਹੈ, ਕਿਉਂਕਿ ਆਪਣੇ ਪਾਸ ਪੜਦਾ ਹੈ ਨਹੀਂ, ਇੱਕ ਦੀਵਾਰ ਹੀ ਹੈ ਜੋ ਸਫੇਦ ਹੈ, ਜਾਂ ਫਿਰ ਇਧਰ ਇਹ ਖਿੜਕੀ ਹੈ, ਇਹ ਰਾਤ ਮੇਂ ਦਿਖੇਗਾ ਇਸ ਇਧਰ। ਤੋ ਅਭੀ ਦਿਨ ਹੈ, ਠੀਕ ਹੈ। ਤੋ ਅਭੀ ਹਮਨੇ ਇਧਰ ਲਗਾ ਰੱਖਾ ਹੈ। ਤੋ ਇਸਕਾ ਫੋਕਸ ਵਾਲਾ ਵੀ ਸਿਸਟਮ ਠੀਕ ਠਾਕ ਹੈ, ਆਪ ਫੋਕਸ ਵਗੈਰਾ ਕਰ ਸਕਦੇ ਹੋ, ਮਿਲੇ ਟਿਲਟ ਵੀ ਕਰ ਸਕਦੇ ਹੋ, ਠੀਕ ਹੈ। ਔਰ ਹੋ ਜਾ ਫੋਕਸ, ਇਹ ਜ਼ਿਆਦਾ ਕਲੀਅਰ ਦਿਖਾਏਗਾ ਇਸੇ, ਠੀਕ ਹੈ। ਤੋ ਅਭੀ ਕੁਛ ਨਾ ਕੁਛ ਪਲੇ ਕਰਕੇ ਆਪਕੋ ਦਿਖਾਤੇ ਹੈ, ਔਰ ਸਟੇਟ ਫਾਰਵਰਡ ਸੀਧਾ ਸੀਧਾ ਸਾ ਹੈ, ਵੋ ਵੀ ਸੈਟਅਪ ਆਪਕੋ ਵੀ ਇਸਕਾ ਦਿਖਾ ਦੇਂਗੇ। ਤੋ ਦੇਖ ਸਕਤੇ ਹੋ ਜੀ ਭਈਆ 10+1 ਕ੍ਰੀਏਸ਼ਨ ਆ ਗਿਆ, ਠੀਕ ਹੈ। ਤੋ ਇਸੀ ਮੇਂ ਸੇ ਆਵਾਜ਼ ਆਤੀ ਹੈ ਆਪਕੇ ਪ੍ਰੋਜੈਕਟਰ ਮੇਂ ਸੇ ਹੀ, ਇਸਕੀ ਆਵਾਜ਼ ਵਗੈਰਾ ਕੋ ਬੜਾ ਕੇ ਦੇਖਤੇ ਹੈ। ਇਸਕੇ ਸਾਥ ਮੇਂ ਮੈਂ ਇੱਕ ਰਿਮੋਟ ਮਿਲਤਾ ਹੈ, ਯੇ ਅੱਛਾ ਮਜ਼ਾ ਆਇਆ, ਯੇ ਮਤਲਬ ਰਾਤ ਕੋ ਮੂਵੀ ਵਗੈਰਾ ਲਗਾ ਕੇ ਦੇਖੋ ਦੇਖੋ ਤੋ ਮਜ਼ਾ ਆਏਗਾ, ਅਭੀ ਇਸੀ ਸੇ ਚਲਾ ਕਰੇਗਾ ਸਭ ਕੁਛ ਹਮਾਰਾ। ਤੋ ਕਾ ਵੀ ਦੇ ਰੱਖ ਇਧਰ, ਇਸਕੇ ਸੈਟਅਪ ਕਾ ਵੀ ਦੇ ਰੱਖਾ ਹੈ, ਬਾਕੀ ਹਮਨੇ ਖਾਲੀ HDMI ਕੇਬਲ ਕਨੈਕਟ ਕਰੀ ਹੈ, ਔਰ ਇਧਰ ਸੇ ਇਸਮੇ HDMI ਕੇਬਲ ਇਧਰ ਕਨੈਕਟ ਕਰੀ ਹੈ, ਔਰ ਇਸਕਾ ਪੋਰਟ ਹੈ ਬਸ ਇੱਕ, ਆਪਨੇ ਸਿੱਧਾ ਇਧਰ ਲਗਾਉਣਾ ਹੈ, ਇੱਕ ਤਾਂ ਜ਼ੁਕਾਮ, ਇੱਕ ਇਧਰ ਸੇ ਆਪਨੇ ਸਿੱਧਾ ਚਾਰਜਿੰਗ ਪੋਰਟ, ਮਤਲਬ ਚਾਰਜਿੰਗ ਨਹੀਂ ਮਤਲਬ ਪਾਵਰ ਸਪਲਾਈ, ਔਰ ਜੀ HDMI ਲਗਾਓ ਔਰ ਸਿੱਧਾ ਪ੍ਰਸਾਰਣ ਪਾਓ। ਤੋ ਇਸਮੇ ਆਪ ਔਰ ਵੀ ਚੀਜ਼ ਲਗਾ ਸਕਤੇ ਹੋ, ਜੈਸੇ ਕਿ ਇਹ ਦੇਖੋ HDMI ਕੇਬਲ ਕੇ ਇਲਾਵਾ ਇਧਰ ਵੀ ਹੈ, ਔਰ HDMI ਔਰ ਵੀ ਹੈ, ਔਰ ਆਊਟਪੁੱਟ ਕੇ ਲੀਏ ਹੈ, ਔਰ ਇਧਰ ਆਪ ਆਪਣੇ ਸਪੀਕਰਸ ਵੀ ਲਗਾ ਸਕਤੇ ਹੋ ਆਊਟਪੁੱਟ ਕੇ ਲੀਏ। ਤੋ ਜਿਸਸੇ ਕਿ ਆਪਕੋ ਬੜੀਆ ਪੂਰਾ ਥੀਏਟਰ ਵਾਲੀ ਫੀਲਿੰਗ ਆਏਗੀ, ਔਰ ਇਸਮੇ ਮੈਮਰੀ ਕਾਰਡ ਵੀ ਲੱਗ ਜਾਤਾ ਹੈ, ਆਪ ਮੈਮਰੀ ਕਾਰਡ ਵੀ ਲਗਾ ਸਕਤੇ ਹੋ ਇਸਮੇ। ਤੋ ਆਪਕੋ ਬਤਾ ਦੇ ਕਿ ਯਾਰ ਬੜਾ ਕੰਪੈਕਟ ਸਾਈਜ਼ ਕਾ ਪ੍ਰੋਜੈਕਟਰ ਹੈ, ਜੋ ਕਿ ਬਾਕੀ ਨਾਰਮਲ ਇਤਨੇ ਸਾਈਜ਼ ਕੇ ਹੋਤੇ ਹੈ, ਔਰ ਇਸਕੇ ਪੀਛੇ ਮੈਨੇ ਜੋ ਆਪਕੋ ਬਤਾਇਆ ਜੀ, ਆਪ ਦੇਖ ਸਕਤੇ ਹੈ ਇਸਕੇ ਆਊਟਪੁੱਟ ਕੇ ਲੀਏ ਔਰ ਇਨਪੁੱਟ ਕੇ ਲੀਏ ਜੋ ਜੋ ਚੀਜ਼ਾਂ ਹੈ, ਔਰ ਯੇ ਜੋ ਹੈ ਯੇ ਫੋਕਸ ਕਰਨੇ ਕੇ ਲੀਏ ਇਸਕਾ, ਔਰ ਇਸਸੇ ਮਤਲਬ ਟਿਲਟ ਹੋਤੀ ਹੈ ਉੱਪਰ ਨੀਚੇ ਕੋ, ਔਰ ਸਾਹਮਣੇ ਇਸਕੇ ਯੇ ਲੈਂਸ ਹੈ, ਠੀਕ ਹੈ, ਇਸਕੋ ਆਪ ਕਵਰ ਕਰ ਸਕਤੇ, ਇਸਕਾ ਕਵਰ ਵੀ ਆਏਗਾ, ਔਰ ਇਸਦਰ ਜੋ ਉੱਪਰ ਦੀਆ ਹੁਆ ਹੈ ਇਧਰ ਸੇ ਆਪ ਇਸਕੋ ਮੈਨੁਅਲੀ ਜੋ ਵੀ ਹੈ ਫੋਕਸ ਕਰਕੇ ਆਪ ਆਪਣਾ ਦੇਖ ਸਕਤੇ ਹੋ, ਔਰ ਇਸਕੇ ਉੱਪਰ ਵੀ ਕੁਛ ਬਟਨ ਵਗੈਰਾ ਦੀਏ ਹੋਏ ਹੈ, ਔਰ ਇੱਕ ਅੱਛੀ ਬਾਤ ਇਹ ਕਿ ਇਹਨੇ ਛੋਟਾ ਸਾ ਇੱਕ ਰਿਮੋਟ ਵੀ ਦਿਆ, ਜਿਸਕੇ ਸਾਥ ਮੇਂ ਸੈੱਲ ਨਹੀਂ ਆਤੇ, ਸੈੱਲ ਆਪਕੋ ਖੁਦ ਲੈਣੇ ਪੜਤੇ ਹੈ, ਔਰ ਜ਼ਿਆਦਾਤਰ ਯੇ ਅਮੇਰੀਕਨ ਸਟੈਂਡਰਡ ਹੀ ਆਤੇ ਹੈ ਇਨਕੇ ਪੋਰਟ, ਔਰ ਹਮਨੇ ਯੇ ਆ ਤਾਂ ਮੇਰੇ ਪਾਸ 2 ਦਿਨ ਪਹਿਲੇ ਕਿਹਾ ਸੀ, ਜੋ ਵੀਡੀਓ ਆ ਗਈ ਸ਼ੂਟ ਹੋ ਰਹੀ ਹੈ ਯੇ 2 ਦਿਨ ਬਾਅਦ ਕੀ ਹੈ, ਠੀਕ ਹੈ, ਜੋ ਆਪਣੇ ਪਾਰਟ ਦੇਖਾ ਉਹ 2 ਦਿਨ ਪਹਿਲੇ ਕਾ ਹੈ। ਤੋ ਉਸਮੇ ਯੇ ਥਾ ਕਿ ਹਮ ਲੋਗੋ ਕੇ ਪਾਸ ਅਡੈਪਟਰ ਨਹੀਂ ਥਾ, ਅਡੈਪਟਰ ਹਮਾਰੇ ਪਾਸ ਜੋ ਨਾਰਮਲ ਵਾਲਾ ਹੈ ਇਧਰ ਆਸਟ੍ਰੇਲੀਅਨ ਹੈ, ਤੋ ਹਮਨੇ ਅਮੇਰੀਕਨ ਕਨਵਰਟਰ ਲਾ ਕੇ ਫਿਰ ਲਗਾਇਆ, ਤੋ ਫਿਰ ਯੇ ਵੀਡੀਓ ਸ਼ੂਟ ਕਰੀ ਹੈ, ਔਰ ਬਾਕੀ ਇਸਕੇ ਇਧਰ ਸਾਈਡ ਮੇਂ ਫੈਨ ਚਲਤਾ ਹੈ, ਠੀਕ ਹੈ, ਜਿਸਸੇ ਕਿ ਹੀਟ ਨਹੀਂ ਹੋਤਾ ਔਰ ਆਰਾਮਦਾਇਕ ਹੈ, ਜਿਸਸੇ ਕਿ ਅਗਰ ਗਰਮ ਹੋਗਾ ਤੋ ਇਹ ਖਰਾਬ ਹੋਗਾ,
तो कोई भी आप इलेक्ट्रॉनिक चीज लेते हो उसमें फैन जरूर होता है, जिससे कि वो हीट बाहर को फेंके। और इसको ज़्यादा कारपेट वगैरह पे ना रखो, कारपेट से जो अंदर को खींचता है जो भी रुई वगैरह होती है। एक चीज़ और, आप अपना लैपटॉप या मोबाइल, लैपटॉप का आपको ज़्यादा मैं बताता हूँ, आप लैपटॉप कोई भी है उसको ज़मीन पे रख के ना चलाएं। अगर आप ऑस्ट्रेलिया में रहते हो, अगर आपका घर कारपेट वाला है तो उसको मत रख के चलाओ, उससे ये कि आपको प्रॉब्लम आ सकती है, जो भी गंदगी आपके लैपटॉप में जमा हो जाएगी पंखे के थ्रू वो स्टक हो जाएगा, बाद में वो दिक्कत देना चालू कर जाता है, गर्म होना चालू हो जाता है। ऐसा सीन हुआ है मेरे लैपटॉप के साथ। इसकी लिंक आपको डिस्क्रिप्शन में मिल जाएगी, आप जाके चेक कर ले, अगर आपको चाहिए तो आप खरीद सकते हैं। और अभी डिस्काउंट भी चल रहा है amazon.com पे, तो amazon.com पे इसका सब कुछ अवेलेबल है, आप जाके चेक करें कैसा लगा वो बता देना, कोई इतना चक्कर नहीं पड़ता, वैसे स्पॉन्सर्ड वीडियो है तो इतना सीन वाली। ये तो होगी प्रोजेक्टर की बात, ठीक है ख़त्म उसकी कहानी। अब बात करते हैं, ये मेला जाना था, ठीक है मेला भी गए, ये मैं अलग से शूट कर रहा हूँ तो अब आपको मेले का जो पार्ट है वो दिखाया जाएगा प्रॉपर, आप देखें। हारे भी हैं $50, वो भी आप देख लेना भैया। तो शायद आपको शक्लें ना दिख रही हो, हम लोग आए मेला देखने तो आपको मेला दिखाते हैं। वखरे आला हुण कोई नहीं इत्थे, मैं वखरे वखरे आले नहीं जाना, ओ हुंडे लै लैने आप पिंग जी दे। आ घोड़े आला तो उत्थे भी हुंदा, cause I drive by, I never lease them. No, they say if you can't beat them, then you join them. No, that's no option, I don't join, I always beat them. Aaye hi kar liya apan oye, hey you want me to call and tell me random about why I'm going to ਦੂਜੀਆ ਨਲਕਾ ਚਲਾਉਣ ਵਾਲੀ ਆ ਓਏ, ਨਲਕਾ ਵਾਵੇ ਇਹਨਾਂ ਕੋਲ, ਇਹ ਬੰਦੂਕ ਵਾਲੀ ਨਹੀਂ ਗੀ। ਆਹੋ ਅੱਛਾ, ਇਹ ਕਿੱਦਾਂ ਖਿੱਚੀ ਕਿਤੇ ਜੇ, ਆ ਬੰਦੂਕ ਵਾਲਾ ਰੋਕੀ ਕਿਹਦੇ ਗੋਲੀ ਕਿਹਦੇ, ਇਹ $10 ਵਿੱਚ ਇਹ ਮਹਿੰਗਾ ਬੰਦੂਕ ਵਾਲਾ, ਇਹ ਇੰਨੇ ਦੇ ਲਾਇਕ ਨਹੀਂ ਹੈਗੇ ਆਹ ਗੁੱਡੇ। ਆ ਵੀ ਬੰਦੂਕ ਵਾਲਾ ਹੀ ਆ, ਹੱਥ ਲੁੱਟ ਗਿਆ ਲੱਗਦਾ, ਕੋਈ ਹੈ ਹੀ ਨਹੀਂ ਇੱਥੇ। ਓਏ ਆ ਕੀ ਆ, ਆ ਕੀ ਆ, ਮੈਂ ਨਹੀਂ ਚੜਦਾ, ਮੈਨੂੰ ਬਹੁਤ ਜ਼ਿੰਦਗੀ ਨਾਲ ਪਿਆਰ ਆ, ਇਹਨਾਂ ਦਾ ਦੇਖਦੇ ਆ ਕੀ ਸੀਨ ਆ, ਅੱਗਾਂ ਗੂਹਾਂ ਉੱਪਰਲੇ ਬੰਨੇ ਆ। ਫਿਰ ਦਸ ਵੀ ਗਏ, ਲੈਟਸ ਸੀ
ਨਹੀਂ ਭਰਾ ਘਰੇ ਪ੍ਰੈਕਟਿਸ ਕਰਕੇ ਭਈਆ ਮੇਲਾ ਦੇਖ ਲਿਆ ਹੁੱਟੇ ਮਾਟੇ ਲੈ ਲੇ ਆ ਤੋ $10 ਵੀ ਹਾਰ ਗਏ 10 ਨਹੀਂ $60 ਕਿਉਂਕਿ $50 ਜਿੱਤਨੇ ਥੇ $10 ਲਗਾਏ ਤੋ $60 ਹਾਰ ਗਏ ਹਮ ਲੋਗ ਅਬ ਘਰ ਜਾ ਰਹੇ ਬਸ ਚਲੀਏ ਹੁਣ ਘਰੇ $10 ਦਾ ਪੂਰਾ ਫਨ ਕੀਆ ਹਾਂ ਚਲੀਏ ਹੁਣ ਘਰੇ ਪੈਸੇ ਪੁਸੇ ਹਾਰਨੇ ਕੇ ਬਾਅਦ ਮਜ਼ੇ ਲੈਣੇ ਕੇ ਬਾਅਦ ਭਈਆ ਹਮ ਘਰ ਆ ਗਏ ਆਰਾਮ ਸੇ ਤੋ ਖਾਣਾ ਖੁਣਾ ਖਾਇਆ ਸੋ ਗਏ ਤੋ ਉਮੀਦ ਕਰਤੇ ਵੀਡੀਓ ਆਪਕੋ ਅੱਛੀ ਲੱਗੀ ਹੋਗੀ ਮਿਲਤੇ ਨੈਕਸਟ ਵੀਡੀਓ ਮੇਂ ਤਬ ਤੱਕ ਕੇ ਲਈ ਬਾਏ ਬਾਏ ਆਪਣਾ ਖਿਆਲ ਰੱਖੇ ਬਾਹਰ ਰੱਖਣੀ ਹੋਣੀ 5 ਮਿੰਟਾਂ ਤੱਕ।